ਹਲਕਾ ਫਗਵਾੜਾ ਦੇ ਪਿੰਡ ਮਾਧੋਪੁਰ ਵਿਖੇ ਜੋਗਿੰਦਰ ਸਿੰਘ ਮਾਨ ਅਤੇ ਦਲਜੀਤ ਰਾਜੂ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਸਮੂਹ ਵੋਟਰਾਂ ਨੂੰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹ ਆਪਣੀ ਜਿੱਤੇ ਪੱਕੇ ਰਹੇ, ਉਹ ਆਪਣੀ ਜਿੱਤੇ ਪਏ, ਉਹਨਾਂ ਦਾ ਵੀ ਸੂਤਰ ਆ ਗਿਆ, ਇਹਨਾਂ ਦਾ ਵੀ ਸੂਤਰ ਆ ਗਿਆ, ਉਹਨਾਂ ਦੀ ਮਗਰੋਂ ਵੀ ਮਾਰ ਹੋ ਨਿਕਲਿਆ, ਕੋਈ ਰੱਖ ਕੇ ਬੰਦੇ ਮਾਰ। ਇਸ ਕਰਕੇ ਇਹ ਜਿਹੜੀਆਂ ਗੱਲਾਂ, ਕੋਈ ਟਰਾਫਿਕ ਪੁਲਿਸ ਭਾਵੇਂ ਉੱਥੇ ਕਿਤੇ ਹੋਰ ਮੰਡੀ ਲੈ ਜਾਂਦਾ ਹੋਵੇ ਜਾਂ ਕੋਈ ਗਾਂ ਲੈ ਜਾਂਦਾ, ਉਹ ਬੰਦੇ ਰੁੱਖਾਂ ਦੇ ਨਾਲ ਬੰਨ ਬੰਨ ਕੇ ਕੁੱਟ ਕੁੱਟ ਕੇ ਮਾਰ ਕੇ ਕੱਪੜੇ ਲਾ ਕੇ, ਤੁਹਾਨੂੰ ਸਾਰੀਆਂ ਗੱਲਾਂ ਪਰ। ਪਰ ਜੋ ਜੱਟਾਂ ਦਾ ਜੁਜੀਦਾਰਾਂ ਦਾ ਹਾਲ ਬਿਹਾਰ ਦੇ ਵਿੱਚ ਹੈਗਾ, ਹੁਣ ਮੁੱਖ ਮੰਤਰੀ ਸਰਦਾਰ ਯਾਦਵ ਦਾ ਤਾਪ ਦਿੱਤਾ ਇਹਨਾਂ ਬਾਦਲਾਂ ਨੇ, ਇੱਕ ਮੁੰਨੇ ਆਦਮੀ ਨੂੰ ਸਰਦਾਰ ਯਾਦਵ ਦਾ ਖਿਤਾਬ ਦਿੱਤਾ, ਉਹਨੂੰ ਮੋਦੀ ਦੇ ਪਾਰਟੀ ਦੇ ਵਿੱਚ ਸੀਟ ਦਿੱਤੇ, ਉਹਨੂੰ ਮਿੰਟ ਬਾਅਦ ਨਹੀਂ ਯਾਦ ਯਾਦ ਤੁਹਾਨੂੰ ਪੱਗ ਲਾ ਕੇ ਨੌਕਰ ਉੱਤੇ ਰੱਖੀ, ਇੱਕ ਮਿੰਟ ਨਹੀਂ ਲਾਇਕ ਸੀਟ ਰੱਖੀ, ਕਿਉਂਕਿ ਪਰ ਪਿੱਛੇ ਮੈਜੋਰਟੀ 'ਚ ਮੁਸਲਮਾਨ ਵੀ ਮੈਜੋਰਟੀ ਹੈ, ਸਿੱਖ ਵੀ ਮੈਜੋਰਟੀ ਮਨੋਰਿਟੀ 'ਚ ਮਨੋਰਿਟੀ 'ਚ ਘੱਟ ਗਿਣਤੀਆਂ ਦੇ ਵਿੱਚ। ਅੱਜ ਉਹਨਾਂ ਦਾ ਹਾਲ ਸਾਰਿਆਂ ਨੂੰ ਤੁਸੀਂ ਫਰਕ ਫਰਕ ਕਰਕੇ ਦੇਖੋ, 2% ਹੈ ਆਬਾਦੀ ਤੁਹਾਡੀ ਸਿੱਖਾਂ ਦੀ, ਜੇ ਸਾਰੇ ਲਾਈਏ ਆਪਾਂ 2% ਦੇਖ ਲਓ, 2% ਆਬਾਦੀ ਕਿੰਨੀ ਹੁੰਦੀ ਹੈ। ਚਲੋ ਇਹ ਕਰਕੇ ਮੈਂ ਇਹ ਸਮਝਦਾ ਇਸ ਵੇਲੇ ਬਹੁਤ ਬੜਾ ਖਤਰਾ ਦੇਸ਼ ਨੂੰ, ਅਤੇ ਜੇ ਹੁਣ ਆਪਾਂ ਪੁਲਵਾਮਾ ਦੇ ਹਮਲਾ ਲੰਮੀ ਗੱਲ ਕਰਦੇ ਹਾਂ, 42 ਆਦਮੀ ਮਰ, ਮੁੜ ਕੇ ਫੌਜ ਉੱਥੇ ਕਹਿੰਦੀ ਹੈ ਜੇ ਹਾਰ ਫੋਰਸ ਹਮਲਾ ਕੀਤਾ, ਉਹ ਕਿਤੇ ਬੰਦਾ ਮਰਿਆ ਕੋਈ, ਉਹ ਕਿਤੇ 330 ਬੰਦੇ ਅੰਸ਼ਾ ਬਥੇਰੀਆਂ ਨੇ ਮੋਦੀ ਬਹੁਤ ਵਧੀਆ ਕੀਤਾ, ਉਹਨੇ ਮੋਦੀ ਨੂੰ ਗੱਪਾਂ ਨਹੀਂ ਮਾਰੀਆਂ ਵੀ 15-15 ਲੱਖ ਰੁਪਇਆ ਹੋਊਗਾ, ਉਹ ਇੱਕ ਸਕੀਮ ਲੈ ਕੇ ਆਏ ਨਿਆਂ ਯੋਜਨਾ, ਜਿਹਦੇ ਵਿੱਚ ਔਰਤ ਘਰ ਦੀ ਮੁਖੀ ਹੋਊਗੀ, ਉਹਦਾ ਕੌਣ ਖੁੱਲਿਆ ਜਾਊਗਾ ਜੋ ਗਰੀਬੀ ਰੇਖਾ ਚਾਹੂਗਾ, ਇਹ ਨਹੀਂ ਗੱਲਾਂ ਵੀ ਕਿਸੇ ਲਈ ਖੁੱਲਿਆ, ਸਾਰੇ ਸਮਾਜ ਚਾਹੇ ਜਨਰਲ ਆ ਚਾਹੇ BC ਆ ਚਾਹੇ SV ਆ, ਘਰ ਦੀ ਜਿਹੜੀ ਔਰਤ ਹੋਊਗੀ ਉਹਦੇ ਨਾਂ 'ਤੇ ਕੌਣ ਖੁੱਲਿਆ ਜਾਊਗਾ, ਉਹਦੇ ਕੌਣ ਦੇ ਵਿੱਚ 1 ਸਾਲ ਦੇ ਵਿੱਚ 72,000 ਰੁਪਇਆ ਪੈ ਜਾਊਗਾ, 25 ਕਰੋੜ ਪਰਿਵਾਰ ਆ ਉਹਨਾਂ ਨੂੰ ਫਾਇਦਾ ਹੋਣਾ। ਇਸ ਵਾਰ ਵੋਟਾਂ ਜਿਹੜੀਆਂ ਪੈਣੀਆਂ ਉਹ ਮਸ਼ੀਨ ਆ ਪੈਣੀਆਂ, ਜਦੋਂ ਤੁਸੀਂ ਬਦਨ ਦੱਬਣਾ ਪੰਜੇ ਦਾ ਨਿਸ਼ਾਨ ਦਾ, ਔਰ ਨਾਲ ਹੀ ਇੱਕ ਪੇਪਰ ਵੀ ਮਿਲਣਾ ਇਸ ਵਾਰ, ਔਰ ਉੱਥੇ ਦੇਖਦੇ ਵੀ ਤੁਸੀਂ ਜਿਹੜੀ ਵੋਟ ਪਾਈ ਹੈ ਪੰਜੇ ਦੇ ਨਿਸ਼ਾਨ ਦਾ ਬਦਨ ਦੱਬਿਆ ਉਹ ਪੰਜੇ ਨੂੰ ਗਈ। ਇਸ ਮੌਕੇ ਪਾਰਟੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।